ਸਵਾਲ 'ਚੋਂ ਇੱਕ ਸੀਨੀਅਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਮੈਨੀਟੋਬਾ ਦੀ RCMP ਨੇ ਸੋਮਵਾਰ ਨੂੰ ਫੇਸਬੁੱਕ 'ਤੇ ਇੱਕ ਪੋਸਟ ਪਾ ਕੇ ਦੱਸਿਆ ਕਿ ਇਹ 70 ਸਾਲਾ ਵਿਅਕਤੀ ਜਿਸ ਦਾ ਨਾਮ ਵਿਲੀਅਮ ਸਵੈਂਟਨ ਹੈ, ਉਸ ਨੂੰ ਆਖਰੀ ਵਾਰ ਸੋਮਵਾਰ ਸ਼ਾਮ 6 ਵਜੇ ਹਸਪਤਾਲ ਛੱਡਦੇ ਦੇਖਿਆ ਗਿਆ ਸੀ, ਜੋ ਕਿ ਹੁਣ ਲਾਪਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸਵੈਂਟਨ ਨੇ ਸਿਰਫ ਪੈਂਟ ਅਤੇ ਸਲੇਟੀ ਸਵੈਟਰ ਪਾਇਆ ਹੋਇਆ ਸੀ ਅਤੇ ਮੌਸਮ ਠੰਡਾ ਹੋਣ ਕਾਰਨ ਉਸਦੀ ਸੁਰੱਖਿਆ ਇੱਕ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਸ ਲਈ ਉਸਨੂੰ ਬਹੁਤ ਜਲਦੀ ਲੱਭਣ ਦੀ ਜ਼ਰੂਰਤ ਹੈ। ਮਨੈਕਰੀ ਨੇ ਕਿਹਾ ਕਿ ਸਵੈਂਟਨ ਨੂੰ ਉਸ ਦਿਨ ਸਿਹਤ ਦੀ ਚਿੰਤਾ ਕਾਰਨ ਹਸਪਤਾਲ ਲਿਆਂਦਾ ਗਿਆ ਸੀ, ਪਰ ਉਹਨਾਂ ਨੇ ਛੱਡਣ ਦਾ ਫੈਸਲਾ ਕੀਤਾ। ਉਹਨਾਂ ਨੂੰ ਉਸਦੀ ਤੰਦਰੁਸਤੀ ਲਈ ਚਿੰਤਾ ਸੀ ਅਤੇ ਉਸਦੇ ਲਾਪਤਾ ਹੁੰਦੇ ਹੀ ਹਸਪਤਾਲ ਨੇ RCMP ਨੂੰ ਤੁਰੰਤ ਅਲਰਟ ਕਰ ਦਿੱਤਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।